ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀ, ਗੁਰਦੁਆਰਾ ਪਾਰਸੀ ਕੌਂਸਲ ਵੱਲੋਂ ਜੋ ਕਿ ਅੱਜ ਦਿੱਲੀ ਸਿੰਘ ਬੋਰਡ ਦੇ ਉੱਤੇ ਜੋ ਕਿ ਲੰਗਰ ਲਾਇਆ ਗਿਆ ਹੈ ਪੂਰੀ ਛੋਲਿਆਂ ਦਾ ਅਤੇ ਬ੍ਰੈਡ ਦਾ, ਸੋ ਸਾਧ ਸੰਗਤ ਜੀ ਬਹੁਤ ਹੀ ਉਤਸ਼ਾਹ ਨਾਲ ਲੰਗਰ ਛਕਾਇਆ ਜਾ ਰਿਹਾ ਹੈ। ਸੋ ਦਾਸ ਆਪਣੀ ਟੀਮ ਲੈ ਕੇ ਇੱਥੇ ਸੇਵਾ ਕਰ ਰਿਹਾ ਹੈ ਜੀ। ਸੋ ਸਾਰੇ ਦੇਸ਼ ਵਿਦੇਸ਼ਾਂ ਦੀ ਜਿਹਨੂੰ ਸਾਧ ਸੰਗਤ ਕਰਦੀ ਹੈ ਅਤੇ ਗੁਰਦੁਆਰਾ ਪਾਰਸੀ ਕੌਂਸਲ ਵੱਲੋਂ ਜੋ ਕਿ ਸਾਡੀ ਸਿਰ ਮੋਹ ਜਥੇਬੰਦੀ ਜੋ ਕਿ ਮੌਕੇ ਦੀ ਜੋ ਪ੍ਰਬੰਧਕ ਕਮੇਟੀ ਸਿਰਮੋਰ ਜਥੇਬੰਦੀ ਵੱਲੋਂ ਜੋ ਕਿ ਇੰਨਾ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ। ਸੋ ਅਸੀਂ ਵੀ ਅਰਦਾਸ ਕਰਦੇ ਹਾਂ ਪਰਮਾਤਮਾ ਅੱਗੇ ਕਿ ਜਿਹੜੇ ਖਜ਼ਾਨਿਆਂ ਵਿੱਚੋਂ ਇਹ ਮਾਇਆ ਆ ਰਹੀ ਹੈ ਪਰਮਾਤਮਾ ਉਹ ਖਜ਼ਾਨੇ ਭਰਪੂਰ ਕਰੇ। ਸੋ ਉਹਦੀ ਵਜ੍ਹਾ ਸਾਡੇ ਜਿਹੜੇ ਪ੍ਰਬੰਧਕ ਕਮੇਟੀ ਦੇ ਮੈਂਬਰ ਲੀਡਰ ਹਨ, ਸੋ ਇਹਨਾਂ ਦੇ ਪਰਿਵਾਰਾਂ ਉੱਤੇ ਮਿਹਰ ਹੱਥ ਰੱਖੇ ਜੋ ਇੰਨਾ ਉਪਰਾਲਾ ਕਰ ਰਹੇ ਹਨ ਕਿ ਕਦੇ ਕਦੇ ਰੱਬ ਪੈਦਾ ਕਰਦਾ ਹੈ ਸਾਡੇ ਜਿਹੜੇ ਮੌਕੇ ਦੀ ਗੁਰਦੁਆਰਾ ਪਾਰਸੀ ਕੌਂਸਲ ਦੇ ਵਜੇ ਭਰਾਵਾਂ ਤੋਂ। ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਆਪਣੇ ਵੱਲੋਂ ਅਤੇ ਸਮੁੱਚੀ ਪਾਰਸੀ ਬਰਾਦਰੀ ਵੱਲੋਂ ਗੁਰਦੁਆਰਾ ਪਾਰਸੀ ਕੌਂਸਲ ਮੌਕੇ ਦਾ। ਸੋ ਇੰਨੀ ਕੁ ਬਤੇ ਦਾਸ ਜੀ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਠੀਕ ਹੈ ਮੋਬਾਈਲ ਤੇਰਾ ਲੱਗਿਆ ਪ੍ਰਧਾਨ ਥੋੜੀ ਸਬਜ਼ੀ ਪਾਇਆ ਪੰਜਾਬ ਦੇ ਉਹ ਮੈਚ ਤੇ ਆ ਕੇ ਆਪਣੀ ਗੱਲ ਕਰਨ। ਉਹਨਾਂ ਤੋਂ ਬਾਅਦ ਰਮੇਸ਼ ਪੂਨੀਆ ਜੀ ਹਰਿਆਣੇ ਤੋਂ ਜੋ ਕੈਥਰ ਤੋਂ ਆਏ ਹੈ ਉਹ ਸਟੇਜ ਤੇ ਆ ਜਾਣ ਤੇ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਮਨੀਸ਼ ਪਾਗਲ ਜੀ ਉਹ ਵੀ ਕੈਥਰ ਤੋਂ ਆਏ ਗਏ ਉਹ ਸਟੇਜ ਦੇ ਨੇੜੇ ਰਹਿਣ ਤੇ ਉਹਨਾਂ ਤੋਂ ਬਾਅਦ ਉਹ ਆਪਣੇ ਵਿਚਾਰ ਸਾਂਝੇ ਕਰਨ। ਬਲਜੀਤ ਸਿੰਘ ਜੀ ਚੌਹਾਨ ਪੱਖ ਸਿੱਖ ਬਰਾਦਰੀ ਪੰਜਾਬ ਉਹ ਮੈਚ ਤੇ ਆਉਣ। ਪਰਮ ਸਤਿਕਾਰ ਜੋ ਗੁਰੂ ਰੂਪ ਚਾਰੀ ਸਾਧ ਸੰਗਤ ਜੀ ਫਤਿਹ ਸਾਂਗ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਅਸੀਂ ਸਾਰੇ ਜੋ ਕਿ ਕਿਸਾਨ ਮੋਰਚੇ ਦੇ ਵਿਚ ਬੈਠੇ ਹਾਂ ਕਿਸਾਨ ਮੋਰਚੇ ਵਿਚ ਬੈਠੇ ਹਾਂ ਅਸੀਂ ਕਿਉਂ ਬੈਠੇ ਹਾਂ? ਇਹ ਸਾਨੂੰ ਆਪਣੀਆਂ ਜ਼ਮੀਨਾਂ ਜਗਾਉਣੀਆਂ ਚਾਹੀਦੀਆਂ ਹਨ ਕਿਉਂਕਿ ਸਾਡੇ ਵਿਚੋਂ ਹੀ ਕੁਝ ਸਾਡੇ ਵੀਰ ਗਰਦਾਰ ਹਨ ਜੋ ਇਸ ਮੋਰਚੇ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ। ਸੋ ਮੈਂ ਆਪ ਭਰਾਵਾਂ ਨੂੰ ਬੇਨਤੀ ਅਪੀਲ ਕਰਦਾ ਹਾਂ ਜੇ ਅੱਜ ਨਾ ਅਸੀਂ ਸਾਥ ਦਿੱਤਾ ਕਿਸਾਨ ਭਰਾਵਾਂ ਦਾ ਫਿਰ ਸਾਡੇ ਪੰਜਾਬ ਦਾ ਕੱਖ ਨਹੀਂ ਰਹਿਣਾ। ਆਪਣੇ